ਦੇ ਭਗਤ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਹੈ ਉਹਨਾਂ ਨੇ ਕਿਸੇ ਚੀਜ਼ ਦੀ ਇੱਛਾ ਰੱਖੀ ਨਹੀਂ। ਰਵਿਦਾਸ ਭਗਤ ਜੀ ਦਾ ਜੀਵਨ ਪੜ੍ਹ ਕੇ ਦੇਖੋ, ਅੱਜ ਦੁਨੀਆ ਦੇ ਕਿਸੇ ਮੁਲਕ ਦੇ ਅੰਦਰ ਪਾਰਸ ਦੀ ਵੱਟੀ ਨਹੀਂ ਹੈ। ਅਗਰ ਕਿਸੇ ਮੁਲਕ ਕੋ ਪਾਰਸ ਦੀ ਵੱਟੀ ਹੁੰਦੀ, ਦੁਨੀਆ ਦੇ ਮੁਲਕ ਲੜ ਲੜ ਕੇ ਮਰ ਜਾਣੇ ਸੀ। ਇੱਕ ਪਾਰਸ ਦੀ ਵੱਟੀ ਨੇ ਸਾਰੇ ਹਿੰਦੁਸਤਾਨ ਦਾ ਲੋਹੇ ਨੂੰ ਸੋਨਾ ਕਰ ਦੇਣਾ ਸੀ। ਪਾਰਸ ਦੀ ਵੱਟੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ, ਉਹ ਇੱਕ ਪੱਥਰ ਹੁੰਦਾ ਇੱਕ ਕਿਸਮ ਦਾ, ਉਹ ਜਦੋਂ ਅੱਠ ਧਾਤਾਂ ਨਾਲ ਸੋ ਜਾਂਦਾ ਉਹਨੂੰ ਸੋਨਾ ਕਰ ਜਾਂਦਾ। ਉਹ ਪੱਥਰ ਪਹਾੜਾਂ ਵਿੱਚ ਹੀ ਹੁੰਦਾ, ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਵਿੱਚ ਹੁੰਦਾ, ਆਮ ਲੋਕਾਂ ਨੂੰ ਕਿਸੇ ਨੂੰ ਪਤਾ ਨਹੀਂ। ਭਾਵੇਂ ਸਾਇੰਸਦਾਨ ਕਿੰਨੀ ਤਰੱਕੀ ਕਰ ਗਏ, ਉਹਨਾਂ ਨੂੰ ਪਾਰਸ ਦੀ ਵੱਟੀ ਉਹਨਾਂ ਨੂੰ ਵੀ ਨਹੀਂ ਲੱਭੀ। ਉਹ ਪਾਰਸ ਦੀ ਵੱਟੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ। ਉਹ ਪਾਰਸ ਦੀ ਵੱਟੀ ਦੇ ਵਿੱਚ ਇੰਨੀ ਪਾਵਰ ਹੈ, ਕਈ ਵਾਰੀ ਕਈ ਜਿਹੜੇ ਬੱਕਰੀਆਂ ਚਾਰਨ ਵਾਲੇ ਆਜੜੀ ਆ ਜੰਗਲਾਂ ਵਿੱਚ ਪਹਾੜਾਂ ਵਿੱਚ, ਉਹ ਸਿਆਣੇ ਆਜੜੀ ਆ ਬੱਕਰੀਆਂ ਦੇ ਪੈਰਾਂ ਨੂੰ ਖੁਰੀਆਂ ਲਾ ਦਿੰਦੇ ਆ, ਜਾਂ ਜਿਹੜੇ ਡੰਗਰ ਚੁਗਦੇ ਆ ਜੰਗਲਾਂ ਦੇ ਵਿੱਚ ਪਹਾੜਾਂ ਵਿੱਚ ਉਹਨਾਂ ਦੇ ਪੈਰਾਂ ਨੂੰ ਖੁਰੀਆਂ ਲਾ ਦਿੰਦੇ। ਉਹ ਅਚਨਚੇਤ ਕਿਤੇ ਖੁਰੀ ਉਹਦੇ ਨਾਲ ਛੋ ਗਈ ਅਤੇ ਸੋਨਾ ਹੋ ਜਾਂਦੀ ਸੀ। ਉਹ ਮਹਾਤਮਾ ਪੁਰਖਾਂ ਦੀ ਦ੍ਰਿਸ਼ਟੀ ਵਿੱਚ ਉਹ ਹੈ। ਮਹਾਂਪੁਰਸ਼ਾਂ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਇੱਕ ਵਿਦਵਾਨ ਬ੍ਰਾਹਮਣ ਨੇ ਜੋਤ ਸਲਾ ਕੇ ਦੇਖਿਆ ਕਿ ਪਾਰਸ ਦੀ ਵੱਟੀ ਕਿੱਥੇ ਮਿਲ ਸਕਦੀ ਹੈ। ਉਹਨੇ ਜੋਤ ਸਲਾ ਦੇਖਿਆ, ਜੋਤ ਸਲਾ ਕੇ ਪਤਾ ਲੱਗਿਆ ਕਿ ਲਛਮਣ ਝੂਲੇ ਰਿਸ਼ੀਕੇਸ਼, ਉਹ ਲਛਮਣ ਝੂਲੇ ਦੇ ਥੱਲੇ ਪਾਰਸ ਦੀ ਵੱਟੀ ਪਈ ਆ। ਉਹ ਬ੍ਰਾਹਮਣ ਫਿਰ ਚੱਕਣ ਗਿਆ ਉੱਥੇ। ਜਦ ਉਹ ਚੱਕਣ ਗਿਆ ਤਾਂ ਉੱਥੇ ਇੱਕ ਬੰਦਾ ਉਸ ਵੱਟੀ ਦੇ ਨਾਲ ਪੈਰਾਂ ਨੂੰ ਮਲਦਾ ਸੀ, ਪੈਰ ਜਿੱਦਾਂ ਰੜਕ ਅੱਡੀਆਂ ਨੂੰ ਰਗੜੇ। ਉਹ ਬ੍ਰਾਹਮਣ ਬੈਠ ਗਿਆ, ਉਹਨੇ ਕਿਹਾ ਜੇ ਮੈਂ ਇਹਨੂੰ ਦੱਸਿਆ ਇਹਨੇ ਮੈਨੂੰ ਦੇਣਾ ਨਹੀਂ ਹੈ, ਜਦੋਂ ਅੱਡੀਆਂ ਰੋ ਕੂਚ ਕੇ ਜਾਊਗਾ ਤਾਂ ਫਿਰ ਮੈਂ ਲੈ ਲੂੰਗਾ। ਉਹ ਅੱਡੀਆਂ ਕੂਚ ਕਾਚ ਕੇ ਉਹਨੂੰ ਚੱਕ ਕੇ ਪੱਥਰ ਦੀ ਵੱਟੀ ਗੰਗਾ ਦੇ ਵਿੱਚ ਮਾਰੀ ਚੱਕ ਕੇ। ਉਹ ਪੰਡਿਤ ਰੌਲਾ ਪਾਉਣ ਲੱਗ ਗਿਆ, ਉਹ ਕਹਿੰਦਾ ਕੀ ਗੱਲ ਹੋਈ? ਕਹਿੰਦਾ ਪਾਰਸ ਦੀ ਵੱਟੀ ਸੀ। ਇੱਕ ਦਿਨ ਗੁਰਮੁਖਾਂ ਨੇ ਸਾਨੂੰ ਗੱਲ ਸੁਣਾਈ, ਕਹਿੰਦੇ ਸਾਡੇ ਬਜ਼ੁਰਗ ਬਾਜਾ ਵਜਾਉਂਦੇ ਸੀ। ਅੱਜ ਜਿੱਦਾਂ ਬਾਜੇ ਵਿਆਹ ਸ਼ਾਦੀਆਂ 'ਤੇ ਵਜਾਉਂਦੇ, ਹੁਣ ਤਾਂ ਨਵੇਂ ਢੰਗ ਤਰੀਕੇ ਆ ਗਏ, ਪੁਰਾਣੇ ਜਿਹੜੇ ਬਜ਼ੁਰਗ ਸੀ ਉਹ ਬਾਜਾ ਵਜਾਉਂਦੇ ਹੁੰਦੇ ਸੀ। ਕਹਿੰਦੇ ਦਰਿਆ ਦੇ ਪਰਲੇ ਪਾਸੇ ਜਾਣਾ ਸੀ ਅਤੇ ਦਰਿਆ ਦੇ ਉਰਲੇ ਪਾਸੇ ਕਹਿੰਦੇ ਜੰਗਲ 'ਚ ਬਾਂਦਰਾਂ ਨੇ ਸਾਨੂੰ ਘੇਰ ਲਿਆ। ਉਹ ਉਹਨਾਂ ਬਜ਼ੁਰਗਾਂ ਦੇ ਮੁੰਡੇ ਨੇ ਗੱਲ ਸੁਣਾਈ, ਕਹਿੰਦਾ ਉਹ ਬਾਂਦਰਾਂ ਨੇ ਸਾਨੂੰ ਘੇਰ ਲਿਆ ਅਤੇ ਬਾਂਦਰ ਲੰਘਣ ਨਾ ਦੇਣ। ਇੱਕ ਸਿਆਣੇ ਬਾਂਦਰ ਨੇ ਇਸ਼ਾਰਾ ਕੀਤਾ, ਵੀ ਆ ਜਿਹੜੇ ਤੁਸੀਂ ਗਲਾਂ 'ਚ ਪਾਏ ਵਜਾਓ। ਕਹਿੰਦਾ ਜੀ ਉਹ ਬਾਂਦ ਵਜਾਉਣ ਲੱਗ ਗਏ ਬਾਜਾ। ਉਹ ਬਾਜਾ ਜਿੱਦਾਂ ਬਰਾਤ ਨੂੰ ਵਜਾਉਂਦੇ ਹੁੰਦੇ, ਸਾਰੇ ਜਾਣੇ ਬਾਜਾ ਵਜਾਉਣ ਲੱਗ ਗਏ। ਉਹ ਜਦੋਂ ਬੰਦ ਹੋਣ ਬਾਂਦਰ ਫੇਕਣ ਵਜਾਓ, ਚਾਰ 'ਚ ਫਿਰ ਇਹ ਘੇਰਾ ਪਾਇਆ, ਲੰਘਣ ਦੇਣ ਨਾ ਉਹਨਾਂ ਨੂੰ, ਚਾਰ ਕਹਿੰਦੇ ਬਾਜਾ ਵਜਾਓ। ਅਖੀਰ ਵਜਾਉਂਦਿਆਂ ਵਜਾਉਂਦਿਆਂ ਫਿਰ ਉਹਨਾਂ ਨੇ ਇੱਕ ਬਹੁਤ ਤਕੜਾ ਬਾਂਦਰ ਸੀ, ਥੋੜ੍ਹਾ ਮੋਟਾ ਸੀ, ਉਹ ਆਇਆ ਅਤੇ ਉਹਨੇ ਆ ਕੇ ਉਹਨਾਂ ਨੂੰ ਇੱਕ ਪੱਥਰ ਦਿੱਤਾ, ਉਹਦੀ ਜੇਬ 'ਚ ਪਾਤਾ। ਉਹ ਕਹਿੰਦਾ ਸਾਡੇ ਬਜ਼ੁਰਗਾਂ ਨੇ ਬਾਹਰ ਬਿਨਾਂ ਕੱਢਿਆ ਸੀਗਾ ਭਾਰਾ, ਪੱਥਰ ਉਹਦੀ ਜੇਬ 'ਚ ਪਾਤਾ ਬਾਜਾ ਵਜਾਉਣ ਵਾਲੇ ਦੀ। ਕਹਿੰਦਾ ਪੱਥਰ ਭਾਰਾ ਸੀ, ਉਹਨੇ ਫਿਰ ਰਲ ਕੇ ਸਿੱਟਿਆ ਵੀ ਨਾ, ਵੀ ਬਾਂਦਰ ਕਹਿਣ ਨਾ ਕੁਛ ਸੀ। ਬਾਂਦਰ ਕਹਿੰਦੇ ਜਾਓ। ਕਹਿੰਦਾ ਜੀ ਬਜ਼ੁਰਗ ਸਾਡੇ ਕਹਿੰਦੇ ਦਰਿਆ ਟੱਪਣਾ ਸੀ ਗਾਹਾਂ, ਦਰਿਆ ਟੱਪ ਕੇ ਗਾਹਾਂ ਜਾਣਾ ਸੀ। ਕਹਿੰਦੇ ਜੇਬ ਨੂੰ ਭਾਰ ਲੱਗਾ ਸੀ, ਪਹਿਲਾਂ ਚੱਕ ਕੇ ਉਹਨੇ ਕੀ ਕੀਤਾ, ਪਹਿਲਾਂ ਪੱਥਰ ਚੱਕ ਕੇ ਦਰਿਆ ਸਿੱਟਿਆ। ਜਦ ਕਹਿੰਦਾ ਦਰਿਆ ਪਾਰ ਕਰਕੇ ਸਾਡੇ ਬਜ਼ੁਰਗ ਕਹਿੰਦੇ ਮੈਂ ਚਾਕੂ ਕੱਢ ਕੇ ਦਾਤਣ ਵੱਢਣ ਲੱਗਾ, ਚਾਕੂ ਸੋਨੇ ਦਾ ਹੋਇਆ। ਉਹ ਪਾਰਸ ਸੀ। ਪਾਰਸ ਜਾਨਵਰਾਂ ਦੀ ਨਿਗਾਹ ਵਿੱਚ ਵੀ ਹੈ ਅਤੇ ਮਹਾਤਮਾ ਲੋਕਾਂ ਦੀ ਨਿਗਾਹ ਵਿੱਚ ਵੀ ਹੈ। ਉਹ ਕਹਿੰਦਾ ਬਜ਼ੁਰਗ ਫਿਰ ਪਛਤਾਏ ਬੜੇ, ਲੱਭਣਾ ਕਿੱਥੋਂ ਸੀ ਦਰਿਆ ਦੇ ਵਿੱਚੋਂ, ਪਾਰਸ ਕਿੱਥੋਂ ਲੱਭਣਾ ਸੀ? ਉਹ ਪਾਰਸ ਦੀ ਇੱਕ ਵੱਟੀ ਬਾਬਾ ਰਵਿਦਾਸ ਭਗਤ ਰਵਿਦਾਸ ਜੀ ਨੂੰ ਇੱਕ ਗੁਰਮੁਖ ਦੇ ਗਿਆ। ਕਹਿੰਦਾ ਬਾਬਾ ਜੀ ਤੁਹਾਡੇ ਖਰਚਾ ਬਹੁਤ ਹੈ, ਸੰਗਤ ਬਹੁਤ ਆਉਂਦੀ ਹੈ, ਇਹ ਤੁਸੀਂ ਆਪ ਸੋਨਾ ਬਣਾਉਂਦੀ ਹੈ, ਪਾਰਸ ਤੁਸੀਂ ਰੱਖ ਲਓ ਇੱਥੇ, ਮੈਂ ਫਿਰ ਲੈ ਜੂੰਗਾ। ਭਗਤ ਜੀ ਕਹਿੰਦੇ ਭਾਈ ਇੱਥੇ ਰੱਖ ਜਾ, ਉਹ ਰੱਖ ਗਿਆ। ਸਮੇਂ ਬਾਅਦ ਜਦੋਂ ਫਿਰ ਆਇਆ, ਉਹਨੇ ਦੇਖਿਆ ਉਹੀ ਛੰਨ ਹੈ, ਉਹੀ ਜੁੱਤੀਆਂ ਗੰਢ ਰਹੇ ਆ। ਕਹਿੰਦਾ ਮਹਾਰਾਜ ਮੈਂ ਤੁਹਾਨੂੰ ਪਾਰਸ ਦੇ ਕੇ ਗਿਆ ਸੀ। ਕਹਿੰਦੇ ਜਿੱਥੇ ਰੱਖ ਗਿਆ ਉੱਥੋਂ ਚੱਕ ਲਾ। ਜਿਨ੍ਹਾਂ ਦਾ ਰੱਬ ਨਾਲ ਪ੍ਰੇਮ ਹੈ ਉਹ ਇਹਨਾਂ ਪਦਾਰਥਾਂ ਦੇ ਪਿੱਛੇ ਨਹੀਂ ਲੱਗਦੇ।
भावें जो मर्जी संसार के पदार्थ उन्हां दे मोहरे ढेरियां लग जाण, इन्हां दी परवाह नहीं करदे। रब्बी प्यार विच रंगे हुए मनुखां दी निशानी है। मन तन रत्ता सच रंग, जिहड़े सच्चे रंग विच रंगे हुए आ, इको नाम आधार, एक नाम नूं आसरा करके मन लिया कि नाम दे नाल सारे पदार्थ, सब संसार दीआं रिद्धियां सिद्धियां नाम दे पिछे आ जांदियां। गुरु अमरदास महाराज ने वचन लिखिया है, ब्रह्म बिंद है तिसदा ब्रह्मत रहे, एक शब्द लिब लाए नवनिधि 18 सिद्धि पिछे लगियां फिरे, जो हर हिरदे सदा वसाए, बिन सतगुर नाओ ना पाईए बूझो कर विचार, नानक पूरे भाग सतगुर मिले सुख पाए जुग पाचार। कहिंदे उहदे पिछे रिद्धियां सिद्धियां तुरियां फिरदियां, मत भुलेखा किसी नूं रह जावे, हुण माण वडियाई मिली आ नाम तो बिना मिल गई आ नहीं, सुख नाहीं रे हर भगत बिना। जिहनूं हुण सुख मिलिया पिछे कमाई कीती होणी आ, नाम जपिया होणा। गुरु ग्रंथ साहिब जी महाराज दा पवित्र वचन है, पूरा थाट बनाया पूरे वेखो एक समाना, इस प्रपंच में साचे नाम की वडियाई मत को तरो घमाना। जे किसी ने पदार्थ मिल गए मत हंकार कहिंदे करियो, नाम की वडियाई आ पिछे नाम जपिया होना। इस प्रपंच में साचे नाम की, जे कोई राजा बनिया पिछे नाम जपिया, इस प्रपंच में साचे नाम की वडियाई मत को तरो घमाना। जिसनों सतगुर की मत आवे सतगुर माए समाना, चौं जुगां दा हुण नबेड़ा नर मनुखां नूं एक नधाना, जत सत संजम उन्हां जुगां दा धर्म है कल मैं कीर्त हरनामा। कहिंदे हुण नाम की वडियाई आ, पिछले समयां विच जगां नाल जग करदे सी, होर कई कर्म करदे सी, अब कलू आयो रे एक नाम बोल। जिहड़ा सवास रब की बाणी नाल रब के नाम नाल लग के निकल गया, जिदा बच्चे छोटे छोटे गोलकां रखते हैं उहदे विच पाउंदे रहिंदे रोज़ कुछ ना कुछ, गोलक भर जाती है। अपने सवासां नूं जोर ला के भावें दुनिया विच विचरदे रहीए, गल्लां करदे रहीए, रब की याद नूं भुलाईए ना। भावें पदार्थां वास्ते भी कोई रब नूं याद करदा, उह वी धनता दे योग है, उहनूं पता कित्थों मिलणा। नाम की इन्नी महिमा है, चाहे संसारी पदार्थ लै लो, चाहे रब्बी प्यार विच रंगिया होया रब का प्यार लै लो। जे तुसीं नहीं कुछ मंगोगे रब तुहाडे कोल बह जूगा, जे तुहाडी इच्छा कोई नहीं है फिर रब मुल खरीद लिया, जे इच्छा बन गई तो रब परे रह गया। ये दो चीज़ों का तिखा विरोध है, चाहे संसारी पदार्थ लै लो चाहे रब नूं लै लो। जिन्होंने संसारी पदार्थों नूं पिट दित्ती, भगतां दा जीवन पढ़ के देखो, उन्होंने नहीं इधर नूं मूँह किया, पदार्थ आपे चले आ गए। जिन्हां दे अस्थान ते तुसीं बैठे हो वो कई बारी 5-6 महीनों बाद हिंदुस्तान का चक्कर ला के आउंदे हुंदे सन, पहलां तां इत्थे रहिंदे सी, बाद विच फिर बहुता चक्कर वरती रहे जगह जगह ते हुक्म अनुसार, जिथे जिथे भुले हुए जीव सन हुक्म अनुसार उत्थे जा के वो कार्ज किते जिहड़ा करन आए सी। कई बार 5 महीने मुड़ना, कई बार 6 महीने मुड़ना। और छन दे नाल एक निम है, निम का बूटा सुक गया सी, वो तो फिर उन्हां दी कृपा हो गई, मुड़ के हरा हो गया। पहलां तां सुक गया सी, असीं होर निम लाती पर वो सुकिया फिर हो गया। उस निम दे थले तख्त पोश लकड़ी का डालण, संत बाबा हरी सिंह जी होती मरदान तो आए सन, उन्हां दे गुर भाई सन, इत्थे कथा करदे हुंदे सन, उन्हां नूं नाल अपने तख्त पोश दे नाल बराबर बहाल लैणा। फिर विचारां करनियां, कहना ज्ञानी जी देखियो मेरे तो बाद गड्डा जोड़ के मंगण ना तुर पियो, मैं थानू मंगण जोगे नहीं छड़िया, इत्थे रब दा आसरा लैके बैठे हो, सारे पदार्थ इत्थे पहुँचणगे। ये गुरु नानक दा घर है, गुरु नानक दे घर दे विच इत्थे सारा कुछ पहुँचूगा। संत बाबा करम सिंह जी महाराज होती मरदान वाले, उन्हां दे अस्थान ते बहुत सारे कई सेवादार सेवा करनी नहीं, लम्मे पै रहना, प्रसादे छकी जाने, सारी दिहाड़ी मंजियां ते लम्मे, रात नूं भी लम्मे पै रहना, दिन नूं भी घूम घम के लम्मे पै जाना। किसी ने बेनती की, महाराज आ सेवादार मंजे तोड़दे आ, इन्हां नूं कहो कोई साधना करिया करन, संतां दे डेरे ते बैठे आ, कोई सिक्ख्या लै लैण। ये कुछ भी नहीं करदे, लम्मे पै रहिंदे। एक दो बार तां बाबा करम सिंह जी महाराज सुणिया, तीजी बार कहन लगे वो खबरदार मेरिया पुतां नूं किसी ने कुछ कहा। कहिंदे जे तां बाप अमीर होवे न्याणियां नूं करन दी की जरूरत है, लम्मे पैरन दे मंजे टुट जूगे, नवें बना लवांगे।
ਕਹਿੰਦੇ ਮੈਂ ਕਮਾਈ ਇੰਨੀ ਕਰ ਦਿੱਤੀ ਆ ਬੈਠੇ ਖਾਈ ਜਾਣ ਦੋ ਤਿੰਨ ਪੁਸ਼ਤਾਂ ਮੁੱਕਦਾ ਨਹੀਂ ਕਹਿੰਦੇ ਇਹਨਾਂ ਤੋਂ ਕਮਾਈ ਵਾਲੇ ਪੁਰਸ਼ਾਂ ਦੀ ਸੰਗਤ ਕੀਤੀ ਹੋਈ ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਵੀ ਪਦਾਰਥਾਂ ਦਾ ਘਾਟਾ ਨਹੀਂ ਰਹਿੰਦਾ ਇੱਥੇ ਸਾਰੇ ਆਪਾਂ ਕੁਛ ਨਾ ਕੁਛ ਮੰਗਣ ਆਏ ਹਾਂ ਉਹਨਾਂ ਕੋਈ ਘਾਟਾ ਥੋੜ੍ਹੋ ਹੈ ਇੱਕੋ ਹੀ ਦੁਕਾਨ ਹੈ ਵੱਡੀ ਜਿੱਥੋਂ ਸਾਰਾ ਕੁਛ ਮਿਲਦਾ ਨਹੀਂ ਤਾਂ ਸਬਜ਼ੀ ਦੁਕਾਨ ਤੋਂ ਸਬਜ਼ੀ ਮਿਲਦੀ ਹੈ ਸੋਨੇ ਤੋਂ ਸੋਨਾ ਮਿਲਦਾ ਕੱਪੜੇ ਤੋਂ ਕੱਪੜਾ ਮਿਲਦਾ ਕਰਿਆਨੇ ਤੋਂ ਕਰਿਆਨਾ ਮਿਲਦਾ ਇਹ ਇੱਕੋ ਹੀ ਦੁਕਾਨ ਹੈ ਗੁਰੂ ਨਾਨਕ ਦੇ ਘਰ ਦੀ ਇੱਥੋਂ ਸਾਰਾ ਕੁਛ ਹੀ ਮਿਲਦਾ ਕੋਈ ਐਸੀ ਚੀਜ਼ ਨਹੀਂ ਜਿਹੜੀ ਇੱਥੋਂ ਨਹੀਂ ਮਿਲਦੀ ਤਾਂ ਸਤਿਗੁਰੂ ਜੀ ਦੇ ਨਾਮ ਨੇ ਮਹਿਮਾ ਨੂੰ ਵਰਣਨ ਕਰਕੇ ਤਾਂ ਸਤ ਚਰਨ ਕਮਲ ਸਿਉਂ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਇੱਕ ਨਾਮ ਦਾ ਆਸਰਾ ਨਾਮ 'ਤੇ ਆਸਰੇ ਤੋਂ ਦੂਸਰਾ ਕੋਈ ਆਸਰਾ ਨਹੀਂ ਲਿਆ